ਚੰਡੀਗੜ੍ਹ ਦੇ ਸੈਕਟਰ 37 ਦੇ ਵਿੱਚ ਲੱਖਾਂ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਜਿਹੜੇ ਵੀ ਚੋਰ ਸੀ ਉਹ ਫਰਾਰ ਹੋ ਜਾਂਦੇ ਨੇ। ਹਾਲਾਂਕਿ ਚੰਡੀਗੜ੍ਹ ਪੁਲਿਸ ਨੇ ਵਿਦਇਨ 24 ਆਵਰਸ ਯਾਨੀ 24 ਘੰਟੇ ਦੇ ਅੰਦਰ ਅੰਦਰ ਇਸ ਕੇਸ ਨੂੰ ਸੁਲਝਾ ਲਿਆ ਔਰ ਬਹੁਤ ਸਾਰੇ ਖੁਲਾਸੇ ਇਹਦੇ ਵਿੱਚ ਸਾਹਮਣੇ ਆ ਰਹੇ ਨੇ ਕਿ ਕਿਸ ਤਰ੍ਹਾਂ ਚੋਰਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਦਿਨ ਦਿਹਾੜੇ ਕਰੀਬ 2 ਵਜੇ ਦੀ ਇਹ ਘਟਨਾ ਹੈ ਔਰ ਸਿਰਫ ਵਿਦਇਨ 4 ਮਿੰਟਸ ਯਾਨੀ ਕਿ 4 ਮਿੰਟਾਂ ਦੇ ਅੰਦਰ ਅੰਦਰ ਕਰੀਬ 70 ਤੋਲੇ ਸੋਨਾ ਤੇ ਕੈਸ਼ ਹੁਣ ਤੱਕ ਦੀ ਜਿਹੜੀ ਜਾਣਕਾਰੀ ਹੈ ਉਹ ਚੁਰਾ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਪੁਲਿਸ ਨੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਇਹ ਪੂਰਾ ਕੇਸ ਸੌਟ ਆਊਟ ਕਰ ਲਿਆ। ਸਾਡੇ ਨਾਲ ਸੀਨੀਅਰ ਆਫਿਸਰ ਨੇ DSP ਚਰਨਜੀਤ ਸਿੰਘ ਨੇ ਉਹ ਸਾਡੇ ਨਾਲ ਨੇ। ਸਰ ਇਹ ਪੂਰਾ ਮਾਮਲਾ ਤੁਹਾਡੇ ਸੰਗਿਆਨ 'ਚ ਆਇਆ ਸੀਗਾ, ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਕਰਦੇ ਹੋਏ ਔਰ ਕਿੰਨੇ ਲੋਕਾਂ ਨੂੰ ਇਹਦੇ ਵਿੱਚ ਕਾਬੂ ਕੀਤਾ? ਦੇਖੋ ਜੀ ਇਹ 5 ਤਰੀਕ ਦੀ ਗੱਲ ਹੈ। 5 ਤਰੀਕ ਸ਼ਾਮ ਨੂੰ ਮੈਸੇਜ ਆਇਆ ਸੀ ਸੈਕਟਰ 37 ਦੇ ਵਿੱਚ, ਹਾਊਸ ਨੰਬਰ ਹੈ 2737 ਵੀ ਉੱਥੇ ਚੋਰੀ ਹੋ ਗਈ ਹੈ ਜਿੱਥੇ ਕਿ ਕੈਸ਼ ਔਰ ਲੱਖਾਂ ਦੀ ਜਵੈਲਰੀ ਗਈ ਹੈ। ਅਤੇ ਇਮੀਡੀਏਟਲੀ ਸਾਡੇ SHO ਨਰਿੰਦਰ ਪਟਿਆਲ ਜਿਹੜੇ ਹੈ SHO ਸੈਕਟਰ 39 ਦੇ ਹੈ, ਇਹ ਆਪਣੀ ਟੀਮ ਦੇ ਨਾਲ ਉੱਥੇ ਪਹੁੰਚੇ। ਮੌਕੇ ਦਾ ਮੁਲਾਜ਼ਾ ਕਰਕੇ ਸਾਰਾ ਇਹਨਾਂ ਨੇ ਦੇਖਿਆ ਕਿ ਚੋਰੀ ਨੂੰ ਕਿਸ ਤਰ੍ਹਾਂ ਅੰਜਾਮ ਦਿੱਤਾ ਗਿਆ। ਮੌਕਾ ਦੇਖਣ ਤੋਂ ਬਾਅਦ ਪਤਾ ਲੱਗਿਆ ਕਿ ਇਹ ਜਿਹੜਾ ਘਰ ਹੈ ਇਹ ਇੱਕ ਪੰਜਾਬ ਯੂਨੀਵਰਸਿਟੀ ਦੇ ਫਾਈਨ ਆਰਟਸ ਦੇ ਹੈੱਡ ਆਫ ਦੀ ਡਿਪਾਰਟਮੈਂਟ ਨੇ ਮਿਸਟਰ ਭੱਟਾਚਾਰੀਆ, ਇਹ ਉਹਨਾਂ ਦਾ ਘਰ ਹੈ। ਉਹ 45 ਸਾਲ ਉਮਰ ਹੈ, ਉਹ ਅਨਮੈਰਿਡ ਨੇ। ਉਹਨਾਂ ਦੀ ਮਦਰ ਜਿਹੜੀ ਆ ਉਹ ਬੈਡਰਿਡਨ ਸੀਗੀ ਔਰ ਘਰ ਦੇ ਵਿੱਚ ਇੱਕ ਕੁੱਤਾ ਸੀ। ਉਹ ਜਦੋਂ ਆਪਣੇ ਦੁਪਹਿਰੋਂ ਬਾਅਦ 1:15 ਵਜੇ ਉਹ ਯੂਨੀਵਰਸਿਟੀ ਗਏ ਤੇ ਆਪਣੇ ਘਰ ਨੂੰ ਤਾਲਾ ਲਗਾ ਗਏ ਸੀ ਬਾਹਰੋਂ, ਆਪਣੇ ਮਾਤਾ ਨੂੰ ਵੀ ਆਪਣੇ ਜੋ ਉਹਨਾਂ ਦਾ ਖਾਣਾ ਪੀਣਾ ਪੁੱਛ ਕੇ। ਤੇ ਉਹ 2-3 ਘੰਟਿਆਂ ਲਈ ਗਏ ਸੀ। ਉਹ ਫਿਰ 4:15 ਵਜੇ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਘਰ ਦੇ ਵਿੱਚ ਅਲਮਾਰੀ ਦੇ ਵਿੱਚੋਂ ਗਹਿਣੇ ਨਗਦੀ, ਜਿਹਦੇ ਵਿੱਚ ਉਹਨਾਂ ਨੇ ਟੋਟਲ ਲਗਾਇਆ ਵੀ 3 ਗੋਲਡ ਸੈੱਟ, 16 ਬੈਂਗਲ ਤੇ 10 ਰਿੰਗ ਤੇ ਹੋਰ ਵੀ ਗੋਲਡ ਆਈਟਮਾਂ ਸੀਗੀਆਂ, ਜਿਹੜਾ ਕਿ ਟੋਟਲ 70 ਤੋਲੇ ਦੇ ਨੇੜੇ ਸੋਨਾ ਸੀਗਾ। ਤੇ ਜੋ ਉਹਨਾਂ ਨੇ ਕੋਈ 50-60 ਹਜ਼ਾਰ ਦੀ ਨਗਦੀ ਕਿਹਾ ਕਿ ਘਰ ਦੇ ਵਿੱਚੋਂ। ਤੇ SHO ਸਾਹਿਬ ਨੇ ਫੌਰੀ ਤੌਰ ਤੇ ਆਪਣੀ ਟੀਮ ਦੇ ਨਾਲ ਮੌਕੇ ਦਾ ਮੁਲਾਜ਼ਾ ਕਰਕੇ ਸਾਰਾ ਉੱਥੋਂ ਦੇਖਿਆ ਕਿ ਕਿੱਧਰ ਕਿੱਧਰ ਕੈਮਰੇ ਲੱਗੇ ਨੇ। ਔਰ ਇੱਕ ਹੋਰ ਇਹ ਗੱਲ ਹੈ ਕਿ ਇਹਨਾਂ ਨੇ ਜਿਹੜੇ ਉੱਥੇ ਕੈਮਰੇ ਲੱਗੇ ਹੋਏ ਸੀ ਉਹਨਾਂ ਨੂੰ ਵੀ ਮੋੜ ਦਿੱਤਾ ਸੀ ਤਾਂ ਕਿ ਇਹਨਾਂ ਦੀ ਕੋਈ ਫੁਟੇਜ ਨਾ ਆਏ। ਤੇ ਜਿਹੜਾ ਨਾਲ ਦੇ ਘਰ 'ਚ ਕੈਮਰਾ ਲੱਗੇ ਸੀ ਉਸ ਤੋਂ ਇਹਨਾਂ ਦੀ ਸਾਨੂੰ ਫੁਟੇਜ ਮਿਲੀ। ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਮੁਲਾਜ਼ਮਾਂ ਨੇ ਸਾਰਾ ਬੀਟ ਵਾਲਿਆਂ ਨੂੰ ਦਿਖਾਇਆ ਤਾਂ ਇਹ ਦੇਖਿਆ ਕਿ ਪਹਿਲਾਂ ਇਸ ਏਰੀਏ ਦੇ ਵਿੱਚ ਕੌਣ ਆਪਣਾ ਐਕਟਿਵ ਰਹੇ ਨੇ ਚੋਰੀ ਦੀ ਵਾਰਦਾਤਾਂ 'ਚ, ਤਾਂ ਪਤਾ ਲੱਗਾ ਕਿ 38 ਸੈਕਟਰ ਦੇ ਵਿੱਚ ਵੀ ਚੋਰੀ ਕੀਤੀ ਸੀ। ਉਹਦੇ ਵਿੱਚ ਵੀ 2-3 ਲੜਕੇ ਅਰੈਸਟ ਹੋਏ ਸੀ। ਤੇ ਜਦੋਂ ਸਾਰਿਆਂ ਨੂੰ ਫੋਟੋ ਦਿਖਾਈਆਂ ਤਾਂ ਫਿਰ ਪੱਕਾ ਵਿਸ਼ਵਾਸ ਹੋ ਗਿਆ ਕਿ ਉਹੀ ਬੰਦੇ ਨੇ ਜਿਨ੍ਹਾਂ ਨੇ ਪਹਿਲਾਂ ਚੋਰੀ ਕੀਤੀ ਸੀ। ਤੇ ਫਿਰ ਵਿਦਇਨ 24 ਆਵਰ ਹੀ ਪੁਲਿਸ ਨੇ ਰਾਤੋ ਰਾਤ ਹੀ ਉਹਨਾਂ ਨੂੰ ਚੱਕ ਕੇ ਇਹ ਸਾਰਾ ਕੇਸ ਜਿਹੜਾ ਸੋਲਵ ਕਰ ਲਿਆ ਔਰ ਇਹਦੇ ਵਿੱਚ ਆਲਮੋਸਟ ਜਿਹੜੀ ਸੋਨੇ ਦੀ ਸਾਰੀ ਰਿਕਵਰੀ ਹੋ ਗਈ ਹੈ, 95% ਦੇ ਨੇੜੇ ਸਾਰੀ ਰਿਕਵਰੀ ਹੋ ਗਈ ਹੈ। ਇਹਨਾਂ ਦਾ ਅਸੀਂ 2 ਦਿਨ ਦਾ ਪੁਲਿਸ ਰਿਮਾਂਡ ਲਿਆ ਹੈ ਔਰ ਇਹਨਾਂ ਦੀ ਪਹਿਲਾਂ ਵੀ ਤਿੰਨਾਂ ਦੇ ਉੱਪਰ 3 ਬੰਦੇ ਇਹਨਾਂ 'ਚ ਅਸੀਂ ਅਰੈਸਟ ਕੀਤੇ ਨੇ। ਇੱਕ ਇਹਨਾਂ ਦੇ ਵਿੱਚ ਤਰਨ ਹੈ, ਅਲੀਅਸ ਲੱਲਾ ਹੈ, ਇੱਕ ਵਿੱਕੀ ਹੈ, ਇੱਕ ਦਲੀਪ ਹੈ। ਸਰ ਇਹ ਸਾਰੇ ਚੰਡੀਗੜ੍ਹ ਦੇ ਰਹਿਣ ਵਾਲੇ, ਜਿਹਦਾ ਤੁਸੀਂ ਦੱਸਿਆ ਕਿ ਇਹਨਾਂ ਦਾ ਪਹਿਲਾਂ ਵੀ ਕ੍ਰਿਮੀਨਲ ਬੈਕਗ੍ਰਾਉਂਡ ਰਿਹਾ? ਬਿਲਕੁਲ ਜੀ, ਇਹ ਇਹਨਾਂ ਤੇ ਕਿਸੇ ਤੇ 1, ਕਿਸੇ ਤੇ 2, ਕਿਸੇ ਤੇ 4 ਕੇਸ ਰਜਿਸਟਰਡ ਨੇ। ਇਹ EWS ਕਲੋਨੀ ਹੈ ਸੈਕਟਰ 49 ਦੇ ਵਿੱਚ। ਇਹ ਤਿੰਨੇ ਉੱਥੋਂ ਦੇ ਰਹਿਣ ਵਾਲੇ ਨੇ ਔਰ ਨਸ਼ੇ ਦੇ ਆਦੀ ਨੇ ਇਹ। ਔਰ ਇਹ ਦੇਖੋ ਕਿ ਜਿਹੜੀ 5 ਤਰੀਕ ਨੂੰ ਇਹਨਾਂ ਦੀ ਪਹਿਲਾਂ ਇਹ 18 ਸਾਲ ਤੋਂ ਘੱਟ ਸੀ, ਹੁਣ ਇਹਨਾਂ ਦੀ ਅੱਜ ਦੀ ਡੇਟ ਦੇ ਵਿੱਚ 18 ਸਾਲ ਹੋ ਗਿਆ। 2 ਇਹਨਾਂ 'ਚ ਜਿਹੜਾ ਤਰਨ ਔਰ ਵਿੱਕੀ ਹੈ ਇਹ ਪਹਿਲਾਂ ਜੁਵੇਨਾਈਲ ਸੀਗੇ
ਔਰ 5 ਤਰੀਕ ਨੂੰ ਜੁਵੇਨਾਈਲ ਕੋਰਟ ਦੇ ਵਿੱਚ ਹੀ ਆਪਣੀ ਡੇਟ ਤੋਂ ਆ ਰਹੇ ਸੀ। ਸਰ ਇਹ ਸਾਰਾ ਰੈਕੀ ਕੀਤਾ ਹੋਇਆ ਹੁਣ ਤੱਕ ਦੀ ਇਨੀਸ਼ੀਅਲ ਇਨਵੈਸਟੀਗੇਸ਼ਨ ਜੇ ਆਪਾਂ ਗੱਲ ਕਰੀਏ, ਇਹ ਪੂਰੀ ਜਿਹੜੇ ਪ੍ਰੋਫੈਸਰ ਨੇ ਉਹਨਾਂ ਦੇ ਘਰ ਚੋਰੀ ਹੋਈ ਹੈ, ਉਹਨਾਂ ਦੀ ਪੂਰੀ ਰੈਕੀ ਕੀਤੀ ਗਈ ਹੈ ਜਾਂ ਫਿਰ ਕਿਸ ਤਰ੍ਹਾਂ ਇਸ ਪੂਰੀ ਵਾਰਦਾਤ ਨੂੰ? ਮੈਂ ਤੁਹਾਨੂੰ ਉਹੀ ਦੱਸਣ ਲੱਗਿਆ ਜੀ, ਇਹਨਾਂ ਦੀ ਜਿਹੜੇ ਇਹ ਆਪਣਾ ਤਰਨ ਔਰ ਵਿੱਕੀ ਹੈ, ਇਹ ਜੁਵੇਨਾਈਲ ਸੀਗੇ ਪਹਿਲਾਂ ਔਰ ਇਹ ਆਪਣੀ ਪੇਸ਼ੀ ਭੁਗਤ ਕੇ ਆ ਰਹੇ ਸੀ ਜੁਵੇਨਾਈਲ ਕੋਰਟ ਦੇ ਵਿੱਚ ਸੈਕਟਰ 25 ਤੋਂ। ਔਰ ਇਹਨਾਂ ਨੂੰ ਜਿਹੜਾ ਇਹ ਦਲੀਪ ਹੈ ਉਹ ਮੋਟਰਸਾਈਕਲ ਤੇ ਉੱਥੇ ਛੱਡ ਕੇ ਗਿਆ ਸੀ ਔਰ ਇੱਕ ਨੂੰ ਛੱਡ ਕੇ ਗਿਆ ਸੀ ਔਰ ਇਹ ਦੋਨੇ ਉੱਥੋਂ ਸਾਈਕਲ ਤੇ ਵਾਪਸ ਆ ਰਹੇ ਸੀ। ਇਹਨਾਂ ਨੇ ਸਾਈਕਲ ਤੇ ਆਉਂਦੇ ਆਉਂਦੇ ਹੀ ਸਲਾਹ ਕੀਤੀ ਕਿ ਚਲੋ ਕਿਸੇ ਘਰ ਦੇ ਵਿੱਚ ਚੋਰੀ ਕਰਦੇ ਆ, ਤੇ ਇਹਨਾਂ ਨੇ ਪਹਿਲਾਂ ਘਰ ਹੀ ਦੇਖਿਆ ਕਿ ਉਹ ਬਾਹਰੋਂ ਤਾਲਾ ਲੱਗਾ ਹੋਇਆ ਸੀ। ਇਹ ਰੈਕੀ ਕਰਦੇ ਸੀ ਵੀ ਜਿਹਨੂੰ ਫਰੰਟ ਤੋਂ ਤਾਲਾ ਲੱਗਾ ਉਸ ਘਰ 'ਚ ਪਿੱਛੇ ਤੋਂ ਵੜ ਕੇ ਚੋਰੀ ਕਰਦੇ ਆ। ਇਹਨਾਂ ਨੇ ਇਦਾਂ ਹੀ ਕੀਤਾ, ਇਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ। ਕੋਨੇ ਤੇ ਇਹ ਘਰ ਹੈ, ਪਹਿਲਾਂ ਇਹਨਾਂ ਨੇ ਰੈਕੀ ਕੀਤੀ, ਦੇਖਿਆ ਤਾਲਾ ਲੱਗਾ ਹੋਇਆ, ਫਿਰ ਇਹ ਪਿੱਛੇ ਗਏ। ਜਦੋਂ ਕੁੱਤਾ ਭੌਂਕਿਆ, ਘਰ ਦੇ ਵਿੱਚ ਕੁੱਤਾ ਸੀ, ਫਿਰ ਫਰੰਟ ਤੇ ਆ ਕੇ ਇਹਨਾਂ ਨੇ ਦੇਖਿਆ ਵੀ ਕੋਈ ਘਰ ਦਾ ਮਾਲਕ ਆਇਆ ਤਾਂ ਨਹੀਂ ਹੈ। ਫਿਰ ਇਹਨਾਂ ਨੇ ਪਿੱਛੇ ਤੋਂ ਜਾ ਕੇ ਆਪਣਾ ਅੰਦਰ ਵੜ ਕੇ ਅਲਮਾਰੀ ਤੋੜ ਕੇ ਉੱਥੋਂ, ਔਰ ਘਰ ਦੇ ਵਿੱਚ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅੰਦਰ ਵੀ ਕੈਮਰੇ ਲੱਗੇ ਹੋਏ ਨੇ। ਇਹਨਾਂ ਨੇ 4 ਮਿੰਟ ਦੇ ਵਿੱਚ ਹੀ ਇਸ ਆਪਣਾ ਸਾਰੀ ਚੋਰੀ ਨੂੰ ਅੰਜਾਮ ਦਿੱਤਾ, ਜਿਹੜਾ ਕਿ 70 ਤੋਲੇ ਸੋਨਾ ਜਿਹਦੇ ਵਿੱਚ ਅਲੱਗ ਅਲੱਗ ਆਈਟਮਾਂ ਤੁਹਾਨੂੰ ਮੈਂ ਦੱਸਿਆ। ਸਰ ਇਹਨਾਂ ਦੀ ਗ੍ਰਿਫਤਾਰੀ ਕਿੱਥੋਂ ਹੋਈ ਹੈ ਤੇ ਇਹਨਾਂ ਤੋਂ ਰਿਕਵਰੀ ਨਾਲ ਦੀ ਨਾਲ ਹੀ ਹੋ ਗਈ ਸੀ? ਇਹਨਾਂ ਨੂੰ ਅਸੀਂ ਉਸ ਦਿਨ ਰਾਤ ਨੂੰ ਹੀ ਸੈਕਟਰ 49 ਤੋਂ ਗ੍ਰਿਫਤਾਰ ਕਰ ਲਿਆ ਸੀ ਔਰ ਇਹਦੇ 'ਚ 95% ਦੇ ਨੇੜੇ ਰਿਕਵਰੀ ਹੋ ਗਈ ਹੈ। ਅੱਜ ਅਸੀਂ 2 ਦਿਨ ਦੇ ਪੁਲਿਸ ਰਿਮਾਂਡ 'ਤੇ ਇਹਨਾਂ ਨੂੰ ਲਿਆਂਦਾ ਔਰ ਇਹਨਾਂ 'ਤੇ ਪਹਿਲਾਂ ਵੀ 34 ਔਰ 36 ਥਾਣੇ, ਆਪਣਾ 39 ਥਾਣੇ ਦੇ ਏਰੀਏ ਦੇ ਵਿੱਚ ਪਹਿਲਾਂ ਵੀ ਪਰਚੇ ਦਰਜ ਨੇ। ਸਰ ਦਲੀਪ ਜਿਹੜਾ ਹੈਗਾ ਉਹ ਮਾਸਟਰ ਮਾਈਂਡ ਦੱਸਿਆ ਜਾ, ਜਿੱਦਾਂ ਤੁਸੀਂ ਪਹਿਲਾਂ ਵੀ ਕਿਹਾ ਕਿ ਉਹਦਾ ਕੰਮ ਕੀ ਸੀ? ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸ ਰਿਹਾ ਕਿ 2 ਇਹਦੇ ਵਿੱਚ ਜੁਵੇਨਾਈਲ ਨੇ, ਜਿਹੜਾ ਵਿੱਕੀ ਔਰ ਤਰਨ ਹੈ ਉਹ ਜੁਵੇਨਾਈਲ ਨੇ ਔਰ ਦਲੀਪ ਜਿਹੜਾ ਉਹ ਵੱਡਾ ਹੈ। ਉਹ ਜੋ ਵੀ ਇਹ ਚੋਰੀ ਕਰਦੇ ਨੇ ਅੱਗੇ ਉਹ ਇਹਨਾਂ ਦੇ ਸਮਾਨ ਨੂੰ ਡਿਸਪੋਜ ਆਫ ਕਰਦੇ ਨੇ। ਇਸ ਚੋਰੀ ਦਾ ਵੀ ਕੁਝ ਸਮਾਨ ਇਹਨਾਂ ਨੇ ਦਲੀਪ ਨੂੰ ਦੇ ਦਿੱਤਾ ਸੀ, ਜਿਹੜਾ ਕਿ ਉਹ ਵੀ ਅਸੀਂ ਨਾਲੇ ਦੇ ਅਰੈਸਟ ਕੀਤਾ। ਠੀਕ ਹੈ, ਤੇ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਝ ਆਇਆ ਕਿ ਇਹ ਤਿੰਨਾਂ ਤੋਂ ਇਲਾਵਾ ਕੋਈ ਹੋਰ ਵੀ ਇਹਨਾਂ ਦੇ ਨਾਲ ਸ਼ਾਮਿਲ ਸੀਗਾ? ਉਹ ਅਜੇ ਇਨਵੈਸਟੀਗੇਸ਼ਨ 'ਚ ਅਸੀਂ ਦੇਖ ਰਹੇ, ਜੇ ਕਿਸੇ ਦਾ ਰੋਲ ਆਇਆ ਤਾਂ ਉਹ ਵੀ ਗ੍ਰਿਫਤਾਰ ਕੀਤਾ ਜਾਏਗਾ। ਤੇ ਬਿਲਕੁਲ, ਜਿੱਦਾਂ ਸਰ ਨੇ ਬਹੁਤ ਹੀ ਇਨਵੈਸਟੀਗੇਸ਼ਨ ਵਿੱਚ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਇਹ ਤਿੰਨਾਂ ਨੂੰ ਕਾਬੂ ਕੀਤਾ ਹੈ ਤੇ ਇਹਨਾਂ ਦੇ ਕੋਲੋਂ ਹਾਲਾਂਕਿ 95% ਰਿਕਵਰੀ ਵੀ ਹੋ ਚੁੱਕੀ ਹੈ ਡਰੱਗ ਐਡਿਕਟ ਨੇ, ਔਰ ਕਿਸ ਤਰ੍ਹਾਂ ਇਹਨਾਂ ਨੇ ਪੂਰਾ ਰੈਕੀ, ਕਿਉਂਕਿ ਪੁਲਿਸ ਬਾਰ ਬਾਰ ਜ਼ਰੂਰ ਇਹ ਕਹਿੰਦੀ ਹੈ ਕਿ ਜੇਕਰ ਤੁਸੀਂ ਘਰ ਤੋਂ ਬਾਹਰ ਜਾ ਰਹੇ ਹੋ, ਤੁਸੀਂ ਲੌਕ ਕਰਕੇ ਜਾ ਰਹੇ ਹੋ, ਇੱਕ ਤਾਂ CCTV ਬਹੁਤ ਜ਼ਰੂਰੀ ਅੱਜ ਦੇ ਟਾਈਮ 'ਚ, ਕਿਉਂਕਿ CCTV ਦੀ ਬਹੁਤ ਇਹਦੇ ਵਿੱਚ ਮਦਦ ਰਹੀ ਹੈ ਕਿ ਜਿਹਦੇ ਵਿੱਚ ਉਹਨਾਂ ਦੀ ਪਹਿਚਾਣ ਹੋ ਪਾਈ ਹੈ ਔਰ ਉਹਨਾਂ ਨੂੰ ਵਿਦਇਨ 24 ਆਵਰਸ ਜਿਹੜਾ ਹੈਗਾ ਉਹ ਕਾਬੂ ਕਰ ਲਿਆ। ਗੋਲਡ ਦੀ ਅਸੀਂ ਗੱਲ ਕਰੀਏ, ਕੈਸ਼ ਦੀ ਅਸੀਂ ਗੱਲ ਕਰੀਏ, ਹਾਲੇ 95% ਰਿਕਵਰੀ ਹੈ ਔਰ ਪੁਲਿਸ ਦੀ ਕਹਿ ਸਕਦੇ ਇਹਦੇ ਵਿੱਚ ਵੱਡੀ ਕਾਮਯਾਬੀ ਹੈ। ਹੁਣ ਪੂਰਾ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਕਿਉਂਕਿ ਇਹਨਾਂ ਨੂੰ ਰਿਮਾਂਡ ਲਿਆ ਗਿਆ। ਹੋਰ ਵੀ ਕਿਸ ਤਰ੍ਹਾਂ ਦੇ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂ ਕਿਸ ਤਰ੍ਹਾਂ ਦੀ ਇਹਨਾਂ ਦੀ ਪਲੈਨਿੰਗ ਸੀ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਟ ਕਰ ਲਈ। ਚੰਡੀਗੜ੍ਹ ਤੋਂ ਕੈਮਰਾਮੈਨ ਸਰਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18, ਪੰਜਾਬ।